ਮਨੋਰੰਜਨ ਮਨੁੱਖੀ ਸੁਭਾਅ ਦੀ ਇੱਕ ਖੁਰਾਕ ਹੈ ਭਾਵੇਂ ਛੋਟਾ ਪਰਦਾ ਹੋਵੇ ਜਾਂ ਵੱਡਾ ਪਰਦਾ ਹਾਸ ਵਿਅੰਗ ਇੱਕ ਅਹਿਮ ਥਾਂ ਰੱਖਦਾ ਹੈ ਅਸੀਂ ਜੇਕਰ ਝਾਤ ਮਾਰ ਕੇ ਦੇਖੀਏ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਹਾਸ ਵਿਅੰਗ ਦਾ کردار ਨਿਭਾਉਣ ਵਾਲੇ ਬਹੁਤ ਘੱਟ ਅਜਿਹੀਆਂ ਸਖਸੀਅਤਾਂ ਨੇ ਜਿਨ੍ਹਾਂ ਨੇ ਬਾਲੀਵੁੱਡ ਦੇ ਨਾਲ-ਨਾਲ ਦੇਸ਼ ਵਿਦੇਸ਼ ਦੇ ਵਿੱਚ ਵੀ ਧੂਮਾ ਪਾਈਆਂ ਹੋਣ ਅੱਜ ਸਾਡੇ ਨਾਲ ਉਹ ਸ਼ਖਸੀਅਤ ਮੌਜੂਦ ਹੈ ਜਿਸ ਨੇ ਦੇਸ਼ ਵਿਦੇਸ਼ ਦੇ ਵਿੱਚ ਆਪਣਾ ਨਾਂ ਬਣਾਇਆ ਹੈ ਨਾ ਮਾਨਾ ਖਟਿਆ ਹੈ ਅਤੇ ਲੋਕ ਉਹਨਾਂ ਨੂੰ ਦੇਖਣ ਦੇ ਲਈ ਉਤਸੁਕ ਰਹਿੰਦੇ ਨੇ ਮੇਰੇ ਨਾਲ ਅੱਜ ਫੇਸ ਟੂ ਫੇਸ ਦੇ ਵਿੱਚ ਮੌਜੂਦ ਨੇ ਸਰਦਾਰ ਗੁਰਪ੍ਰੀਤ ਸਿੰਘ ਘੁੱਗੀ ਘੁੱਗੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਬਹੁਤ ਮਿਹਰਬਾਨੀ ਜਿਸ ਤਰ੍ਹਾਂ ਸਾਡੇ ਦਰਸ਼ਕ ਸਾਰੇ ਪੰਜਾਬੀ ਦਰਸ਼ਕ ਜਾਣਦੇ ਐ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੇ ਵਿੱਚ ਵੀ ਤੁਹਾਡਾ ਇੱਕ ਖਾਸ ਨਾਂ ਦੇ ਨਾਲ ਤੁਸੀਂ ਜਾਣੇ ਜਾਂਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਖਾਸ ਵਿਅੰਗ ਵਾਲਾ ਰਾਹ ਤੁਸੀਂ ਕਿਉਂ ਚੁਣਿਆ ਬੜੀ ਮਜਬੂਰੀ ਚੁਣਿਆ ਸੀ ਜੀ ਬੇਸਿਕਲੀ ਮੈਂ ਐਕਟਰ ਨਾਲ ਸਟੇਜ ਕੀਤੀ ਥੀਏਟਰ ਬਹੁਤ ਕੀਤਾ ਮਜਬੂਰੀ ਇਹ ਸੀ ਕਿ ਇੱਕ ਟਾਈਮ ਤੇ ਆ ਕੇ ਸਮਝ ਆ ਗਈ ਕਿ ਯਾਰ ਕੈਰੈਕਟਰ ਐਕਟਰ ਬਣ ਕੇ ਰੋਟੀ ਨਹੀਂ ਕਮਾਈ ਜਾ ਸਕਦੀ ਕਿਉਂਕਿ ਹੁਣ ਤਾਂ ਫੇਰ ਥੋੜਾ ਸਮਾਂ ਬਦਲ ਗਿਆ ਜਿਹੜੇ ਸਮੇਂ 'ਚ ਅਸੀਂ ਸ਼ੁਰੂ ਕੀਤਾ ਸੀ ਉਦੋਂ ਸਿਰਫ ਸਟਰਗਲ ਹੀ ਸਟਰਗਲ ਸੀ ਨਾ ਤਾਂ ਕੋਈ ਦੂਰਦਰਸ਼ਨ ਤੋਂ ਬਗੈਰ ਕੋਈ ਡਰਾਮੇ ਕਿਤੇ ਬਣਦੇ ਸੀ ਨਾ ਫਿਲਮਾਂ ਵਧੀਆ ਹੋ ਰਹੀਆਂ ਸੀ ਨਾ ਫਿਲਮਾਂ ਦੀ ਕੋਈ ਗੁੰਜਾਇਸ਼ ਸੀਗੀ ਬੜੀ ਜਲਦੀ ਇਹ ਚੀਜ਼ ਸਮਝ ਆ ਗਈ ਕਿ ਐਜ਼ ਐਨ ਐਕਟਰ ਤੱਕੇ ਤੋਂ ੜੇ ਜ਼ਿਆਦਾ ਹੈ ਜਿਸ ਕਰੈਕਟਰ ਐਕਟਰ ਰਵਾਂਗਾ ਮੈਂ ਤਾਂ ਤੇ ਪੰਜਾਬ ਚ ਰੋਜ਼ੀ ਰੋਟੀ ਜਿਹੜੀ ਵਧੀਆ ਦੋ ਹੀ ਲੋਕ ਕਮਾ ਰਹੇ ਨੇ ਇੱਕ ਤਾਂ ਸਿੰਗਰ ਤੇ ਇੱਕ ਕਮੇਡੀਅਨ ਤੇ ਇੱਕ ਥੋੜਾ ਛੋਟਾ ਜਿਹਾ ਲਾਲਚ ਸੀ ਜਿਹੜਾ ਮੈਂ ਆਨੈਸਟਲੀ ਤੁਹਾਨੂੰ ਦੱਸ ਰਿਹਾ ਪਰ ਕੱਲਾ ਲਾਲਚ ਕੁਝ ਨਹੀਂ ਕਰ ਸਕਦਾ ਜੇ ਤੁਹਾਡੇ ਅੰਦਰ ਉਹ ਕੈਲੀਬਰ ਨਾ ਹੋਵੇ ਮੇਰੇ ਅੰਦਰ ਕੈਲੀਬਰ ਸੀ ਮੈਨੂੰ ਲੱਗਦਾ ਸੀ ਕਿ ਮੈਂ ਐਜ਼ ਅ ਕਮੇਡੀਅਨ ਜ਼ਿਆਦਾ ਵਧੀਆ ਕੰਮ ਕਰ ਸਕਦਾ ਪਰ ਮੇਰੇ ਤੇ ਫਿਰ ਵੀ ਇੱਕ ਕੈਕਟਰ ਭਾਰੂ ਸੀ ਫਿਰ ਮੈਂ ਉਸ ਐਕਟਰ ਨੂੰ ਹਾਲੀਵੁੱਡ ਹੀ ਸਮਝਾਇਆ ਵੀ ਕਾਕਾ ਭੁੱਖਾ ਮਰ ਜਾਏਗਾ ਇਹਨੂੰ ਕਮੇਡੀਅਨ ਨੂੰ ਕੰਮ ਕਰ ਲੈਣ ਦੇ ਫਿਰ ਮੇ ਕਮੀਡੀਅਨ ਨੂੰ ਚਾਬੀ ਭਰ ਕੇ ਛੱਡਿਆ ਔਰ ਉਹਨੇ ਆਪਣਾ ਕੰਮ ਕੀਤਾ ਬਹੁਤ ਜ਼ਿਆਦਾ ਪਿਆਰ ਮੁਹੱਬਤ ਉਹਨੇ ਆਡੀਅੰਸ ਕੋਲੋਂ ਲਈ ਔਰ ਰੋਜ਼ੀ ਰੋਟੀ ਸਾਰਾ ਕੁਝ ਵਧੀਆ ਚੱਲਦਾ ਰਿਹਾ ਜੀ ਜੀ ਜੇਕਰ ਅਸੀਂ ਦੇਖੀ ਇੱਕ ਪੇਸ਼ਕਾਰੀ ਦੀ ਕਿੰਨੀ ਕੋ ਤੁਸੀਂ ਮਤਾਂ ਸਮਿਤੀਓਂ ਕਿ ਚੰਗਾ ਰੋਲ ਮਿਲੇ ਤਾਂ ਹੀ ਪੇਸ਼ਕਾਰੀ ਚੰਗੀ ਕੀਤੀ ਜਾ ਸਕਦੀ ਹੈ ਮੈਂ ਸਮਝਦਾ ਜੀ ਕਿ हां ओनु चंगा कैरेक्टर ਤੁਹਾਡੇ ਲਈ ਬਣਿਆ ਚੰਗਾ ਗਿਆ ਹੋਵੇ ਬਾਕੀ ਤੁਸੀਂ ਉਹਦੇ ਤੇ ਗਾਰਨਿਸ਼ਿੰਗ ਕਿਦਾਂ ਦੀ ਕਰਦੇ ਹੋ ਤਨੀਆਂ ਕਿੰਨਾ ਕੁ ਭੁਰਦੇ ਉੱਤੇ ਤੁਸੀਂ ਤੇ ਉੱਤੇ ਕਿਹੜੇ ਕਿਹੜੇ ਹੋਰ ਲੋਜ਼ਮਾਤ ਪਾ ਕੇ ਤੁਸੀਂ ਉਹਨੂੰ ਟੇਸਟੀ ਬਣਾਉਨੇ ਆ ਉਹ ਵੱਖਰੀ ਗੱਲ ਹੈ ਪਰ ਤੁਹਾਡੇ ਕੋਲ ਇੱਕ ਬੇਸ ਹੋਣਾ ਚਾਹੀਦਾ ਜਿੱਦਾਂ ਪੀਜ਼ਾ ਵੀ ਜਦ ਤੱਕ ਪੀਜ਼ਾ ਬੇਸ ਨਹੀਂ ਹੋ ਰਿਹਾ ਤੱਕ ਤੁਸੀਂ ਉਹਨੂੰ ਪੀਜ਼ਾ ਨਹੀਂ ਬਣਾ ਸਕਦੇ ਕੱਲੇ ਚੀਜ਼ ਨੂੰ ਕਿਦਾਂ ਖਾ ਲੋਗੇ ਬਾਕੀ ਇਹ ਕਿ ਆਰਟਿਸਟ ਦਾ ਜਿਹੜਾ ਆਪਣਾ ਟ੍ਰੀਟਮੈਂਟ ਹੈ ਆਪਣੇ कैरेक्टर ਵਾਸਤੇ ਉਹ ਉਹਨੂੰ ਬਿਊਟੀਫਾਈ ਕਰ ਸਕਦਾ ਉਹਨੂੰ ਐਨਲਾਰਜ ਕਰ ਸਕਦਾ ਹੈ ਉਹਨੂੰ ਐਨਹਾਂਸ ਕਰ ਸਕਦਾ ਪਰ ਬੇਸਿਕਲੀ ਇੱਕ ਛੋਟਾ ਸਕੇਲਟਨ ਇੱਕ ਖੂਬਸੂਰਤ ਕਰੈਕਟਰ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਜੀ ਕੋਕੀ ਸਾਹਿਬ ਜੇਕਰ ਦੇਖੀਏ ਕਿ ਕਈ ਕਮੇਡੀ ਨੇ ਜਿਹੜੇ ਉਹ ਆਪਣੇ ਸਕ੍ਰਿਪਟਸ ਹੈ ਕੋਈ ਹੋਰ ਲਿਖਦਾ ਹੈ ਕੀ ਤੂੰ ਸੋਚਦੇ ਹੋ ਕਿ ਜਿਹੜੀ ਮੂੰਹ ਤੋਂ ਨਿਕਲੀ ਗੱਲ ਤੇ ਢਿੱਡੋਂ ਨਿਕਲੀ ਗੱਲ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਇਹਦਾ ਸਿੱਧਾ ਹੀ ਫੰਡਾ ਹੈ ਜੀ ਜਦੋਂ ਸਾਡੇ ਲਈ ਕੋਈ ਵੀ ਨਹੀਂ ਸੀ ਲਿਖਦਾ ਅਸੀਂ ਅਫੋਰਡ ਹੀ ਨਹੀਂ ਸੀ ਕਰਦੇ ਸਾਡੇ ਲਈ ਕੋਈ ਲਿਖੇ ਤੇ ਅਸੀਂ ਉਹਨੂੰ ਪੈਸੇ ਦਈਏ ਸਾਨੂੰ ਤਾਂ ਆਪ ਥੋੜੇ ਥੋੜੇ ਪੈਸੇ ਤਾਂ ਚਾਹੀਦੇ ਹੁੰਦੇ ਸੀ ਸੋ ਜਿਵੇਂ ਅਸੀਂ ਜਿਹੜੀਆਂ ਗੱਲਾਂ ਨਾਲ ਪਪੂਲਰ ਹੋਏ ਆ ਸਾਡੀਆਂ ਆਪਣੀਆਂ ਨੇ ਜਿੰਨਾ ਗੱਲਾਂ ਕਰਕੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਉਹ ਸਾਡੀਆਂ ਆਪਣੀਆਂ ਨੇ ਤੇ ਫਿਰ ਅਸੀਂ ਕਿੱਦਾਂ ਸੋਚ ਸਕਦੇ ਹਾਂ ਕਿ ਹੁਣ ਕਿਸੇ ਦੀਆਂ ਲਿਖੀਆਂ ਜਾਂ ਕਿਸੇ ਦੀਆਂ ਬੋਲੀਆਂ ਗੱਲਾਂ ਨਾਲ ਅਸੀਂ ਪਪੂਲਰ ਹੋ ਜਾਾਂਗੇ ਪਰ ਇੱਕ ਗੱਲ ਇਹ ਬਹੁਤ ਜ਼ਰੂਰੀ ਦੱਸਣ ਵਾਲੀ ਜੀ ਕਿ ਜਦੋਂ ਅਸੀਂ ਇੱਕ ਲੈਵਲ ਤੇ ਪਹੁੰਚਦੇ ਹਾਂ ਮਿਹਨਤ ਕਰ ਕਰਕੇ ਬਿਜ਼ੀ ਹੋ ਜਾਂਦੇ ਜਦੋਂ ਅਸੀਂ ਫਿਰ ਬਹੁਤ ਜ਼ਰੂਰੀ ਹੁੰਦਾ ਕਿ ਤੁਹਾਡੇ ਨਾਲ ਸਕ੍ਰਿਪਟ ਰਾਈਟਰਸ ਵੀ ਹੋਣ ਜਿਹੜੇ ਤੁਹਾਡੇ ਲਈ ਇੱਕ بیس ਤਿਆਰ ਕਰ ਦੇਣ ਤੁਹਾਡੇ ਲਈ ਕੁਝ ਆਈਡੀਆ ਸੋਚ ਕੇ ਰੱਖਣ ਜਾਂ ਫਿਲਮ ਦੇ ਵਿੱਚ ਤੁਹਾਡੇ ਲਈ ਅੱਛਾ ਕੈਰੇਕਟਰ ਇੱਕ ਲਿਖਿਆ ਜਾਵੇ ਉਹਨੂੰ ਤੁਸੀਂ ਆਪਣਾ ਤੜਕਾ ਲਾਓ ਇਹ ਬਾਤ ਦੀ ਗੱਲ ਹੈ ਜੇਕਰ ਗੁਰਪ੍ਰੀਤ ਜੀ ਅਸੀਂ ਦੇਖੀਏ ਕਿ ਪੰਜਾਬੀ ਖਾਸ ਕਰਕੇ ਜਿਵੇਂ ਹਾਸ ਬੈਂਕ ਦੀ ਗੱਲ ਕਰਦੇ ਆ ਬਹੁਤ ਸਾਰੇ ਕਲਾਕਾਰ ਹੈ ਜਿਹੜਾ ਜਿਹੜੇ ਥੋੜਾ ਜਿਹਾ ਸੰਘਰਸ਼ ਕਰਕੇ ਜਿਸ ਤਰ੍ਹਾਂ ਤੁਸੀਂ ਆਮਦਨ ਬਖੋ ਗਿਆ ਉੱਥੇ ਟੁੱਟ ਜਾਂਦੇ ਆ ਕੋਈ ਉਹਨਾਂ ਨੂੰ ਸਰਕਾਰ ਪੱਖੋਂ ਜਾਂ ਹੋਰ ਕੋਈ ਸਹਾਇਤਾ ਨਹੀਂ ਮਿਲਦੀ ਇਹ ਚ ਦੇਖੋ ਬਾਜੀ ਮੈਂ ਫੇਰ ਉਹੀ ਕਵਾਂਗਾ ਜੀ ਸਾਡੀ ਕਿਹੜੀ ਸਰਕਾਰ ਨੇ ਮਦਦ ਕੀਤੀ ਜੀ ਜੀ ਕਿਸੇ ਗਵਰਨਮੈਂਟ ਦਾ ਮੈਂ ਸਮਝਦਾ ਹੀ ਨਹੀਂ ਜੀ ਕਿ ਐਡਾ ਵੱਡਾ ਰੋਲ ਹੋ ਸਕਦਾ ਸਾਨੂੰ ਪ੍ਰਮੋਟ ਕਰਨ ਚ ਜੀ ਗਵਰਨਮੈਂਟ ਦਾ ਰੋਲ ਇਹ ਹੋ ਸਕਦਾ ਕਿ ਜਿਹੜੇ ਸਾਡੇ ਸੀਨੀਅਰ ਐਕਟਰਸ ਨੇ ਜਿਹੜੇ ਅੱਜ ਵਿਚਾਰੇ ਚੰਗੇ ਹਾਲਾਤਾਂ 'ਚ ਨਹੀਂ ਗਵਰਨਮੈਂਟ ਉਹਨਾਂ ਨੂੰ ਜ਼ਰੂਰ ਸਾਂਭੇ ਜੀ ਚੰਗੇ ਆਰਟਿਸਟਾਂ ਲਈ ਇੱਕ ਪਲੇਟਫਾਰਮ ਤਿਆਰ ਕਰੇ ਜਿੱਥੇ ਆਪਣਾ ਪੋਟੈਂਸ਼ੀਅਲ ਦਿਖਾਇਆ ਜਾ ਸਕੇ ਪਰ ਆਰਟਿਸਟ ਨੇ ਖਟਨਾ ਕਮਾਣਾ ਤੇ ਆਪਣਾ ਹੁੰਦਾ ਜੀ ਕਿਉਂਕਿ ਆਰਟਿਸਟ ਨੇ ਆਪ ਮਿਹਨਤ ਕਰਨੀ ਇਦਾਂ ਕ੍ਰਿਕਟਰ ਆ ਕੋਈ ਇਦਾਂ ਹਾਕੀ ਪਲੇਅਰ ਆ ਕੋਈ ਬੌਕਸਰ ਆ ਉਹ ਸਰਕਾਰ ਉਹਦੇ ਲਈ ਪਲੇਟਫਾਰਮ ਜ਼ਰੂਰ ਤਿਆਰ ਕਰ ਸਕਦੀ ਪਰ ਉਹ ਜਦੋਂ ਤੱਕ ਆਪ ਅੱچھے ਬਾਊਂਸ ਨਹੀਂ ਖੇਡਦਾ ਜਦ ਤੱਕ ਆਪ ਅੱچھے ਪੰਚੇਸ ਉਹ ਨਹੀਂ ਮਾਰਦਾ ਉਹ ਕਿਸੇ ਨਹੀਂ ਪਹੁੰਚ ਸਕਦਾ ਸੋ ਮੈਂ ਨਹੀਂ ਸਮਝਦਾ ਕਿ ਆਮਦਨੀ ਵਿੱਚ ਸਰਕਾਰ ਦਾ ਕੋਈ ਬਹੁਤਾ ਰੋਲ ਹੋ ਸਕਦਾ ਜੀ। ਕੁਕੀ ਜੀ ਜਿਕਰ ਅਸੀਂ ਦੇਖੀਏ ਕਿ ਪੰਜਾਬੀ ਫਿਲਮਾਂ ਦੁਬਾਰਾ ਪਰਦੇ ਤੇ ਆਈਆਂ। ਇਹਦੇ ਪਿੱਛੇ ਸਭ ਤੋਂ ਵੱਡਾ ਰੋਲ ਜਿਹੜਾ ਹਾਸ ਵਿਅੰਗ ਕਲਾਕਾਰਾਂ ਦਾ ਤੁਸੀਂ ਕੀ ਸਚਾਈ ਸਮਝਦੇ ਹੋ? ਬਿਲਕੁਲ ਜੀ ਗੱਲ ਨੂੰ ਕਿਸੇ ਵੱਡੇ ਨੂੰ ਸ਼ੁਰੂ ਕਰਨਾ ਪੈਂਦਾ ਹੈ। ਹਾਲਾਂਕਿ ਪੰਜਾਬੀ ਸਿਨੇਮਾ ਇਟ ਇਜ਼ ਨੋਟ ਨਾਟ 올 ਅਬਾਊਟ ਕਾਮੇਡੀ। ਸਰ ਕਾਮੇਡੀ ਨਹੀਂ ਹੈ ਪੰਜਾਬੀ ਸਿਨੇਮਾ। ਪਰ ਪੰਜਾਬੀ ਸਿਨੇਮੇ ਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ ਇੱਕ ਯੂਥ ਨੂੰ ਨਾਲ ਜੋੜਨ ਵਾਸਤੇ ਆਮ ਆਡੀਅੰਸ ਨੂੰ ਨਾਲ ਜੋੜਨ ਵਾਸਤੇ ਕਾਮੇਡੀ ਨੇ ਬੜਾ ਅੱਛਾ ਰੋਲ ਅਦਾ ਕੀਤਾ ਹੈ ਹਾਲਾਂਕਿ ਮੈਂ ਸਮਝਦਾ ਕਿ ਪੰਜਾਬੀ ਸਿਨੇਮੇ ਦਾ ਯੁੱਗ 2003 ਚ ਸ਼ੁਰੂ ਹੋਇਆ ਸੀ ਜਦੋਂ ਪਹਿਲੀ ਫਿਲਮ ਬਣੀ ਸੀ ਜੀ ਆਆਂ ਨੂੰ ਜੀ ਮਨਮੋਨ ਜੀ ਨੇ ਬਣਾਈ ਸੀ ਏ ਭਜਨਮਾਨ ਹੁਣਾਂ ਨੂੰ ਲੈ ਕੇ ਤਾਂ ਉਹ ਜਿਹੜੀ ਫਿਲਮ ਸੀ ਉਹਦੇ ਨਾਲ ਸੁਨਹਿਰਾ ਯੁੱਗ ਦੁਬਾਰਾ ਸ਼ੁਰੂ ਹੋਇਆ ਸੀ ਪਰ ਮਿਡਲ ਚ ਜਾ ਕੇ ਫਿਰ ਸਾਡੇ ਕੋਲ ਕਿਤੇ ਥੋੜਿਆ ਜਿਹਾ ਡਿਪ ਆ ਗਿਆ ਸੀ ਜੀ ਤੇ ਕਾਮੇਡੀ ਫਿਲਮਾਂ ਨੇ ਦੁਬਾਰਾ ਇੱਕ ਵਾਰੀ ਬੂਸਟ ਦਿੰਦਾ ਹੈ ਦੁਬਾਰਾ ਇੱਕ ਵਾਰੀ ਸਾਨੂੰ ਇੱਕ ਵੱਡੀ ਆਡੀਅנס ਦੇਤੀ ਹੈ ਕਿਉਂਕਿ ਹਰ ਬੰਦਾ ਸਟ्रेस ਨਾਲ ਭਰਿਆ ਪਿਆ ਹੈ ਹਰ ਬੰਦਾ ਹੱਸਣਾ ਚਾਹੁੰਦਾ ਹੈ ਖੁਸ਼ ਹੋਣਾ ਚਾਹੁੰਦਾ ਹੈ ਫੈਮਿਲੀ ਦੇ ਨਾਲ ਬਹਿ ਕੇ ਉਹਨੂੰ ਚੰਗਾ ਲੱਗਦਾ ਹੈ ਜਿਹੜੀ ਬੋਟੀ ਨਾਲ ਸਾਰੇ ਦਿਨ ਲੜਾਈਆਂ ਚੱਲਦੀ ਰਹਿੰਦੇ ਕੋਲ ਬਹਿ ਕੇ ਹੱਸਦੀ ਹੋਵੇ ਅਗਲਾ ਕਹਿੰਦਾ 300 ਰੁਪਏ ਖਰਚੇ ਕਮ ਆ ਗਏ ਯਾਰ ਇਹ ਵੀ ਹਸ ਲੈਂਦੀ ਇਹ ਵੀ ਦੰਦ ਕੱਢਦੀ ਪਈ ਹੈ ਨਾ ਬੱਚੇ ਕਿਲਕਾਰੀਆਂ ਮਾਰਦੇ ਹੁਣ ਸਾਵੇਂ ਬੱਚਿਆਂ ਨੇ ਤੁਹਾਡੇ ਕੋਲ ਗੰਦੀਆਂ ਗੰਦੀਆਂ ਚੀਜ਼ਾਂ ਖਾਣ ਨੂੰ ਮੰਗਣੀਆਂ ਉਹਨੇ ਪੈਸੇ ਦੇ ਬੱਚੇ ਚੀਕਾ ਮਾਰ ਮਾਰ ਕੇ ਹੱਸ ਰਹੇ ਨੇ ਬੰਦੇ ਨੂੰ ਜ਼ਿਆਦਾ ਅੱਛਾ ਲੱਗ ਜੀ ਕਿਉਂਕਿ ਜੀ ਤੁਸੀਂ ਸਭ ਤੋਂ ਪਹਿਲਾਂ ਕਿਹੜੀ ਪੰਜਾਬੀ ਫਿਲਮ ਕੀਤੀ ਜਿੰਦੇ ਤੁਹਾਨੂੰ ਆਪਣੇ ਆਪ ਨੂੰ ਮਹਿਸੂਸ ਹੋਇਆ ਕਿ ਮੈਂ ਬਹੁਤ ਵਧੀਆ ਜਿਹੜਾ ਰੋਲ ਅਦਾ ਕੀਤਾ ਬਹੁਤ ਵਧੀਆ ਤਾਂ ਜੀ ਕਦੀ ਸੈਟੀਸਫੈਕਸ਼ਨ ਆਰਟਿਸਟ ਦੀ ਹੁੰਦੀ ਨਹੀਂ ਔਰ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਸਾਨੂੰ ਕਰਦੇ ਰਹਿਣਾ ਜਿਹੜੇ ਪਰ ਕੁਝ ਚੀਜ਼ਾਂ ਜਿਹੜੀਆਂ ਮੈਨੂੰ ਆਪਣੀਆਂ ਠੀਕ ਲੱਗੀਆਂ ਵੀ ਮੈਨੇ ਬਾਅਦ ਸਕਿਆ ਜਿੰਨਾ ਵਿੱਚੋਂ ਪਹਿਲੀ ਫਿਲਮ ਸੀ ਮੇਰੀ ਜੀ ਆਇਆਂ ਨੂੰ ਜੀ ਉਹਦੇ ਵਿੱਚ ਮੇਰਾ ਟਰੈਵਲ ਏਜੰਟ ਦਾ ਕਰੈਕਟਰ ਸੀ ਜਿਹਦੇ ਵਿੱਚ ਇੱਕ ਉਹਦਾ ਤਕੀਆ ਕਲਾਂਦ ਇੱਕ ਨੰਬਰ ਦਾ ਕੰਮ ਕਰਦੇ ਰਸੀਦ ਕੱਟ ਕੇ ਦੇ ਦਈਏ ਨਾ ਕੰਮ ਇੱਕ ਨੰਬਰ ਦਾ ਕਰਦਾ ਨਾ ਰਸੀਦ ਕੱਟ ਕੇ ਦਿੰਦਾ ਕਿਸੇ ਨੂੰ ਜੀ ਪਰ ਕਹਿੰਦਾ ਸਾਰੇ ਨੇ ਇਹੀ ਹੈ ਜੀ ਉਹ ਵਧੀਆ ਸੀ ਫਿਰ ਮੇਰਾ ਅਸਾਂ ਨੂੰ ਮਾਨ ਵਤਨਾ ਦਾ ਫਿਲਮ ਵਿੱਚ ਪਟਵਾਰੀ ਵਾਲਾ ਕਰੈਕਟਰ ਬਹੁਤ ਪਪੂਲਰ ਹੋਇਆ ਸੀ ਜੀ ਔਰ ਉਸ ਕਰੈਕਟਰ ਤੇ ਮੈਨੂੰ ਇੰਨਾ ਮਾਣ ਹੈ ਕਿ ਅੱਜ ਮੈਂ ਸਮਝਦਾ ਪਾਕਿਸਤਾਨ ਚ ਜੇ ਸਭ ਤੋਂ ਵੱਧ ਮੇਰਾ ਕੋਈ ਰੋਲ ਜਾਣਿਆ ਜਾਂਦਾ ਤੇ ਉਹ ਪਟਵਾਰੀ ਵਾਲਾ ਕਰੈਕਟਰ ਹੈ ਔਰ ਮੈਂ ਬੜੀ ਖੁਸ਼ੀ ਨਾਲ ਕਹਿਣਾ ਜੀ ਕਿ ਇਸ ਵੇਲੇ ਮੌਜੂਦਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਮੀਆਂ ਨਵਾਜ਼ ਸ਼ਰੀਫ ਸਾਹਿਬ ਜੇ ਬਾਈਚਾਂਸ ਕੀਤੇ ਦੇਖ ਰਹੇ ਹੋ ਤਾਂ ਮੇਰੇ ਵੱਲੋਂ ਸਲਾਮ ਹੈ ਜੀ ਉਹਨਾਂ ਨੂੰ ਉਹਨਾਂ ਨੇ ਇੰਨੀ ਮੁਹੱਬਤ ਇੰਨਾ ਪਿਆਰ ਦਿੱਤਾ ਇਸ ਰੋਲ ਕਰਕੇ ਮੈਨੂੰ ਪਟਵਾਰੀ ਕਰਕੇ ਇਹਨੇ ਸ਼ਕੀਨ ਨੇ ਮੇਰੇ ਇਸ ਰੋਲ ਦੇ ਕਈ ਵਾਰੇ ਫਿਲਮ ਦੇਖੀ ਔਰ ਕਈ ਵਾਰ ਉਹਨਾਂ ਪਾਕਿਸਤਾਨ ਦੇ ਲੋਕਾਂ ਨੂੰ ਦਿਖਾਈਏ ਭੀਆ ਕੁਗੀ ਪਟਵਾਰੀ ਬਣਿਆ ਵੇਖੋ ਇਹਦੇ ਵਿੱਚ ਮੇਰਾ ਕੱਲ ਪਿੱਛੇ ਜੇ ਤੁਹਾਡਾ ਇੱਕ ਦੌਰਾ ਵੀ ਸੀ ਪਾਕਿਸਤਾਨ ਦੇ ਵਿੱਚ ਖਾਸ ਕਰਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਜੀ 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 ਜਿੰਨਾ ਪਿਆਰ ਦਿੰਦੇ ਆ ਜੀ ਮੇਰਾ ਬੜਾ ਦਿਲ ਕਰਦਾ ਸੀ ਕਿ ਮੈਂ ਮੀਆਂ ਸਾਹਿਬ ਨੂੰ ਜ਼ਰੂਰ ਕਦੇ ਮਿਲ ਕੇ ਆਵਾਂ ਤੇ ਮੈਨੂੰ ਕੁਦਰਤ ਨੇ ਸਮਾਂ ਦਿੱਤਾ ਤੇ ਮੈਂ ਫਿਰ ਜਾ ਕੇ ਉਹਨਾਂ ਨੂੰ ਉਹਨਾਂ ਨੇ ਆਪਣੇ ਘਰ ਬੜੇ 2 2.5 ਘੰਟੇ ਮੈਨੂੰ ਫੁਰਸਤ ਨਾਲ ਦਿੱਤੇ ਅਸੀਂ ਉੱਥੇ ਬੈਠੇ ਬਹੁਤ ਪਿਆਰ ਮੁਹੱਬਤ ਦੀਆਂ ਗੱਲਾਂ ਹੋਈਆਂ ਔਰ ਮੇਰੇ 98 ਦੇ ਸੁਨੇ ਜਿਹੜੇ ਲਤੀਫੇ ਨੇ ਜਿਹੜੇ 98 'ਚ ਕਿਤੇ ਸ਼ੁਰੂ ਸ਼ੁਰੂ ਟੀਵੀ 'ਚ ਉਹਨਾਂ ਸੁਨੇ ਸੀ ਉਹਨਾਂ ਨੂੰ ਤੇ ਉਹਨਾਂ ਦੇ ਬੇਗਮ ਸਾਹਿਬਾ ਜਿਹੜੇ ਉਹਨਾਂ ਨੂੰ ਅਜੇ ਤੱਕ ਮੇਰੇ ਜੋਕਸ ਯਾਦ ਨੇ ਸੋ ਮੈਨੂੰ ਬੜਾ ਚੰਗਾ ਲੱਗਾ ਉੱਥੇ ਜਾ ਕੇ ਜੀ ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਤੇ ਸਕ੍ਰਿਪਟ ਆਪ ਤਿਆਰ ਕਰਦੇ ਜਿਹੜਾ ਅੰਦਰੋਂ ਗੱਲਾਂ ਨਿਕਲਦੀਆਂ ਕਿ ਉਹਦੇ ਪਿੱਛੇ ਕੋਈ ਨਾ ਕੋਈ ਮੰਤਬ ਤੁਹਾਡਾ ਸੰਦੇਸ਼ ਦੇਣਾ ਵੀ ਹੁੰਦਾ ਕਿ ਸੋਸਾਇਟੀ ਨੂੰ ਕੋਈ ਨਾ ਕੋਈ ਸੰਦੇਸ਼ ਵੀ ਜਾਵੇ ਬਿਲਕੁਲ ਜੀ ਮੈਂ ਸਮਝਦਾ ਕਾਮੇਡੀ ਇੱਕ ਬਹੁਤ ਅੱਛਾ ਮੀਡੀਅਮ ਹੈ ਐਸਾ ਅੱਛਾ ਮਾਧਿਅਮ ਹੈ ਕਿ ਇਹਦੇ ਨਾਲ ਅਸੀਂ ਸੋਸਾਇਟੀ ਨੂੰ ਕੋਈ ਬਹੁਤ ਅੱਛਾ ਮੈਸੇਜ ਜਿਹੜਾ ਪ੍ਰੀਚਿੰਗ ਨਾਲ ਨਹੀਂ ਦਿੱਤਾ ਜਾ ਸਕਦਾ ਉਪਦੇਸ਼ ਦੇਾਂਗਾ ਕੋਈ ਨਹੀਂ ਸੁਨੇਗਾ ਸਾਡੇ ਟੀਚਰ ਉਪਦੇਸ਼ ਦਿੰਦੇ ਨੇ ਕੋਈ ਨਹੀਂ ਸੁਣਦਾ ਬਾਬੇ ਉਪਦੇਸ਼ ਦਿੰਦੇ ਨੇ ਲੋਕੀ ਸੁਣ ਕੇ ਉੱਥੇ ਉਹਨਾਂ ਨੂੰ ਮੱਥੇ ਟੇਕ ਕੇ ਪੈਸੇ ਚੜਾ ਕੇ ਨਿਕਲ ਜਾਂਦੇ ਨੇ ਪਰ ਕਿਤੇ ਨਾ ਕਿਤੇ ਕਾਮੇਡੀਨ ਦੀ ਜਿਹੜੀ ਗੱਲ ਹੈ ਨਾ ਮੈਂ ਸਮਝਦਾ ਜੀ ਉਹ ਕਿਤੇ ਨਾ ਕਿਤੇ ਕਿਸੇ ਕਲੇਜੇ ਚ ਵੱਜਦੀ ਹੈ ਕਿਸੇ ਦੇ ਦਿਮਾਗ ਚ ਜਾ ਕੇ ਜ਼ਰੂਰ ਕਿਤੇ ਨਾ ਕਿਤੇ ਘੰਟੀ ਜੀ ਖੜਕਾਂਦੀ ਹੈ ਇੱਕ ਜਿਹੜੀ ਕਿਤੇ ਨਾ ਕਿਤੇ ਸਮਾਜ ਨੂੰ ਕੋਈ ਨਾ ਕੋਈ ਸੇਧ ਦੇਣ ਚ ਸਹਾਈ ਹੁੰਦੀ ਹੈ ਜੀ ਮੈਂ ਕੋ ਗੀ ਜੇਕਰ ਦੇਖੀਏ ਤਾਂ ਕਈ ਕਲਾਕਾਰਾਂ ਮੈਂ ਨਾ ਨਹੀਂ ਲੈਂਦਾ ਕਿ ਥੋੜੀ ਜੀ ਵਲਗਰ ਕਮੇਡੀ ਹੋ ਜਾਂਦੀ ਹੈ ਜਿੰਦੇ ਡਬਲ ਡਬਲ मीनिंग ਨਿਕਲਦੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਵਲਗੈਰਟੀ ਮੈਂ ਕਈ ਤਾਂ ਬੜੀ ਥੋੜੀ ਜੀ ਵਲਗੈਰਟੀ ਕਰਦੇ ਨੇ ਕਈ ਸਿਰਫ ਵਲਗੈਰਟੀ ਕਰਦੇ ਨੇ ਉਹਨਾਂ ਦਾ ਆਪਣਾ ਟੇਸਟ ਹੈ ਪਰ ਮੈਂ ਸਮਝਦਾ ਜੀ ਕਿ ਕਈ ਘਰਾਂ ਦਾ ਕਲਚਰ ਹੁੰਦਾ ਘਰ ਘਰਦਿਆਂ ਨੂੰ ਗਾਲਾਂ ਕੱਢ ਲੈਣਗੇ ਮਾਂ ਪਿਓ ਨੂੰ ਵੀ ਗਾਲਾਂ ਕੱਢ ਲੈਂਦੇ ਨੇ ਕਈ ਇਸ ਕਰਕੇ ਇਸ ਤਰ੍ਹਾਂ ਦੀ ਨੇਚਰ ਦੇ ਬੰਦੇ ਧਰਤੀ ਤੇ ਹੈਗੇ ਨੇ ਸੋ ਜਿਹੜੇ ਬਲਗੈਰਿਟੀ ਨੂੰ ਸਹਾਰਾ ਬਣਾ ਕੇ ਸਟਾਰ ਬੰਨਣਾ ਚਾਹੁੰਦੇ ਜਾਂ ਸਮਝਦੇ ਨੇ ਅਸੀਂ ਕਾਮੇਡੀ ਕਰ ਰਹੇ ਹਾਂ ਮੇਰੇ ਖਿਆਲ ਨਾਲ ਉਹ ਕਿਤੇ ਨਾ ਕਿਤੇ ਆਪਣੀ ਜ਼ਬਾਨ ਨਾਲ ਆਪਣੇ ਕਲਚਰ ਨਾਲ ਆਪਣੇ ਆਪ ਨਾਲ ਧੋਖਾ ਕਰ ਰਹੇ ਨੇ ਸੋ ਮੈਂ ਇਸ ਚੀਜ਼ ਤੋਂ ਮੈਨੂੰ ਬਹੁਤ ਕੋਫਤ ਹੈ ਜੀ ਬੜੀ ਨਫਰਤ ਹੈ ਇਸ ਚੀਜ਼ ਜੀ ਗੁਰਪ੍ਰੀਤ ਕੁੱਕੀ ਜੀ ਅਸੀਂ ਚਾਚਾ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ ਮੇਰੇ ਨਾਲ ਨੇ ਸਰਦਾਰ ਗੁਰਪ੍ਰੀਤ ਸਿੰਘ ਕੁੱਕੀ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਸਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਲਈ ਅੱਗੇ ਦਿਓ